ਅਸੀਂ ਨਾ ਇੱਥੇ ਦੁਕਾਨ ਤੇ ਨਾਰਮਲ ਜਿਵੇਂ ਬੈਠੇ ਹੁੰਦੇ ਆ, ਬੈਠੇ ਆ ਮੈਂ ਇਹ ਬਾਈ ਅਹਿਮਦ ਏ, ਨਾਲ ਇੱਕ ਦੋਸਤ ਹੋਰ ਬੈਠੇ ਆ, ਮਾਈ ਹਨ ਇੱਕ ਤੇ ਉਹਨਾਂ ਦੀ ਬੇਟੀ ਹਨ, ਉਹ ਆਏ ਨੇ ਇੱਥੇ ਖਲੋ ਕੇ ਕੋਈ ਬਹਿਸ ਕਰਦੇ ਰਹੇ ਨੇ ਵਾਵਾ ਦੇਰ ਗੋਦਾ ਪੌਣਾ ਘੰਟਾ। ਬਾਅਦ ਚੋਂ ਕੋਈ ਤਕਰੀਬਨ ਬੇਟੀ ਉਹਨਾਂ ਦੀ ਥੋੜ੍ਹੀ ਪਿੱਛੇ ਖੜੀ ਸੀ, ਮਾਈ ਹੜੀ ਆਏ ਨੇ ਫੋਨ 'ਤੇ ਗੱਲ ਕਰ ਰਹੀ ਸੀ, ਉਹ ਮਾਈ ਹੜੀ ਆਏ ਨੇ ਉਹਨਾਂ ਜੁੱਤੀ ਤਾੜੀ ਏ ਉਹਨਾਂ ਵਿੱਚ ਛਾਲ ਮਾਰਦੀ। ਅਸੀਂ ਦੁਕਾਨ ਤੋਂ ਨਿਕਲੇ ਹਾਂ, ਅਸੀਂ ਨਿਕਲ ਕੇ ਇਹ ਮੈਂ ਇੱਧਰ ਪਿੱਛੇ ਥੱਲੇ ਉਤਰਿਆ ਅਤੇ ਇਹ ਬਾਈ ਉੱਥੇ ਅੱਗੇ ਥੋੜ੍ਹਾ ਜਿਹਾ ਥੱਲੇ ਉਤਰਿਆ, ਫੜਿਆ, ਲੇਕਿਨ ਪਾਣੀ ਦੀ ਸਪੀਡ ਵੇਖੋ ਕਿੰਨੀ ਜ਼ਿਆਦਾ, ਉਹ ਚਲੇ ਗਏ ਨੇ ਅੱਗੇ। ਅਤੇ ਤਕਰੀਬਨ ਫਿਰ ਬਾਅਦ 'ਚੋਂ ਰੈਸਕਿਊ ਵਾਲੇ ਆਏ, ਉਹਨਾਂ ਆਪਣਾ ਬਾਂਸ ਵੀ ਲਾਏ, ਸਾਰਾ ਕੁਝ ਕੀਤਾ, ਫਿਰ ਰੈਸਕਿਊ ਵਾਲੇ ਆਏ ਨੇ, ਉਹਨਾਂ ਨੂੰ ਫਿਰ ਅਗਲੇ ਦਿਨ ਜਾ ਕੇ ਲਾਸ਼ ਮਿਲੀ ਉਹਨਾਂ। ਕੱਲ੍ਹ ਰਾਤ ਨੂੰ ਇਹ ਸਾਡੀ ਇਹ ਮੁਰਗੇ ਵਾਲੀ ਦੁਕਾਨ ਹੈ, ਕੱਲ੍ਹ ਰਾਤ ਨੂੰ ਨਾ ਇਹ ਮੈਡੀਕਲ ਸਟੋਰ ਇੱਥੇ ਦਵਾਈ ਤੋਂ ਨਾ ਬੜੇ ਆਵਾਜ਼ਾਰ ਹੋਏ ਸਨ, ਰੋਂਦੇ ਪਏ ਸਨ, ਆਪਸ 'ਚ ਲੜਨ ਦੇ ਸਨ, ਦਵਾਈ ਲੈਣ ਜੋਗੇ ਉਹਨਾਂ ਕੋਲ ਪੈਸੇ ਨਹੀਂ ਸਨ ਆਏ। ਉਸ ਤੋਂ ਬਾਅਦ ਜਦੋਂ ਆਏ ਨੇ ਨਾ ਇੱਥੇ, ਪਹਿਲੇ ਉਹਨਾਂ ਜੁੱਤੀ ਲਾਈ ਹੈ ਮਾੜੂ, ਤਾਂ ਮੈਂ ਇੱਥੇ ਨਾ ਅੰਦਰ ਮਾਲ ਬਣਾ ਰਹੇ ਸਨ, ਉਹ ਉੱਥੇ ਨਾ ਪਹਿਲੇ ਜੁੱਤੀ ਲਾਈ, ਅਸੀਂ ਆਪਸ 'ਚ ਲੱਗੇ ਹਾਂ, ਫਿਰ ਉਹ ਕੁੜੀ ਨੂੰ ਫੋਨ ਆਇਆ, ਉਹ ਫੋਨ ਸੁਣਾਨੀ ਪੜਾ ਨੂੰ ਗਈ ਹੈ, ਇੰਨੀ ਦੇਰ ਨੂੰ ਭਾਈ ਉਹਨੇ ਬੜਾ ਹੱਥ ਫੜਿਆ ਉਹਦਾ, ਲੇਕਿਨ ਉਹਨਾਂ ਛਾਲ ਮਾਰਦਿਆਂ ਵੀ ਬੜੀ ਕੋਸ਼ਿਸ਼ ਕੀਤੀ ਬਚਾਉਣ ਦੀ, ਲੇਕਿਨ ਨਹੀਂ ਲੇਟੇ ਆ, ਮੈਂ ਜੇ ਹੱਥ ਫੜਿਆ ਲੇਕਿਨ ਉਹਨਾਂ ਨੇ ਨਹੀਂ ਫੜਾਇਆ ਹੀ ਨਹੀਂ ਹੈ। ਇੰਨੀ ਦੇਰ ਨੂੰ ਉਹ ਅੱਗੇ ਤੁਹਾਨੂੰ ਪਤਾ ਤੋੜ ਸਲੈਪਾਂ ਨੇ, ਉਹ ਸਲੈਪਾਂ ਦੇ ਥੱਲੇ ਹੀ ਕਿਧਰੇ ਫਸ ਗਏ ਨੇ, ਨਿਕਲੇ ਹੀ ਨਹੀਂ ਅੱਗੇ ਜੇ ਆ ਕੇ, ਫਿਰ ਅੱਡੇ ਦੇ ਕੋਲ ਅਸੀਂ ਬਾਂਸ ਵੀ ਲਾ ਗਏ ਹਾਂ ਤਿੰਨ ਇੰਦਾ ਦੇ, ਲੇਕਿਨ ਨਹੀਂ ਉਹ ਬੱਚੇ ਨਹੀਂ ਹੈ। ਇਹ ਬਾਅਦ 'ਚ ਅਸੀਂ ਲਗਵਾਇਆ, ਬੱਚੇ ਲੰਘਦੇ ਫਿਰਦੇ ਹਨ, ਉਹ ਇੱਕ ਬੱਚਾ ਦਾ ਨੂੰ ਨਾ ਡਿੱਗਣ ਲੱਗਾ ਸੀ ਅਤੇ ਉਹਦੀ ਵਜ੍ਹਾ ਤੋਂ ਫਿਰ ਇਹ ਮੁਹੱਲੇ ਵਾਲੇ ਨੇ ਇੱਥੇ ਉਹਨਾਂ ਨੇ ਕਿਹਾ ਕਿ ਕੁਛ ਇਹੀ ਨਾਲ ਕਰਕੇ ਫਿਰ ਸਾਰੇ ਤੋੜੇ ਲਵਾਏ ਨੇ, ਲੇਕਿਨ ਇਹ ਕੰਮ ਹਕੂਮਤ ਦਾ ਕਰਨ ਵਾਲਾ ਹੈ ਕਿ ਹਕੂਮਤ ਇਸ ਬਾਰੇ ਗੌਰ ਕਰੇ, ਇਹਨੂੰ ਪ੍ਰੋਪਰ ਬੰਦ ਕੀਤਾ ਜਾਏ, ਇਹਨੂੰ ਸਲੈਪਾਂ ਲਾ ਕੇ ਪ੍ਰੋਪਰ ਬੰਦ ਕੀਤਾ ਜਾਏ। ਇਹ ਵੀ ਉਹਨਾਂ ਨੇ ਬੰਦ ਕੀਤਾ ਜਿਨ੍ਹਾਂ ਦੀਆਂ ਦੁਕਾਨਾਂ ਨੇ, ਉਹਨਾਂ ਨੇ ਆਪਣੀਆਂ ਦੁਕਾਨਾਂ ਸਦਕਾ ਕੋ ਬੰਦ ਕੀਤਾ ਆ, ਹਕੂਮਤ ਦੀ ਤਰਫੋਂ ਕੋਈ ਇਸ ਚੀਜ਼ ਦਾ ਅਮਲ ਦਖਲ ਨਹੀਂ ਹੈ ਕਿ ਇਹਨੂੰ ਬੰਦ ਕੀਤਾ ਜਾਏ, ਲੋਕ ਮਰ ਰਹੇ ਨੇ। ਇਸ ਤੋਂ ਪਹਿਲੇ ਵੀ ਕੋਈ 2 ਮਹੀਨੇ ਪਹਿਲੇ ਵੀ ਇੱਕ ਔਰਤ ਪਿੱਛੇ ਛਾਲ ਮਾਰੀ ਜਾਂ ਹੋਰ ਡਿੱਗ ਗਈ, ਅੱਲਾ ਬਿਹਤਰ ਜਾਣਦਾ। ਤੇ ਇਹ ਮਾਮਲਾਤ ਹਕੂਮਤ ਨੂੰ ਗੌਰ ਕਰਨੇ ਚਾਹੀਦੇ ਨੇ ਕਿ ਆਵਾਮ ਮਰ ਰਹੀ ਹੈ, ਖੁਦਕੁਸ਼ੀ ਕਰ ਰਹੀ ਹੈ, ਅਤੇ ਇਹ ਚੀਜ਼ ਨੂੰ ਬੰਦ ਕੀਤਾ ਜਾਏ। ਗਰੀਬ ਆਵਾਮ ਕਿਆ ਕਰੇ, ਕਿਆ ਕਰ ਸਕਤੀ ਹੈ ਗਰੀਬ ਆਵਾਮ, ਉਹ ਬਸ ਇਹ ਐਸੇ ਹੀ ਕਰ ਸਕਤੀ ਹੈ, ਜਾਂ ਤਾਂ ਖੁਦਕੁਸ਼ੀ ਕਰ ਲੇ ਔਰ ਜਾਂ ਫਿਰ ਆਪਣੀ ਜਾਨ ਦੇ ਦੇ। ਮੇਰਾ ਖੁਦ ਕਾ ਬਿੱਲ ਆਇਆ, ਮੈਨੇ 38,000 ਰੁਪਏ ਬਿੱਲ ਉਤਾਰਿਆ, ਮੈਨੇ ਆਪਣਾ ਜੇਬਰ ਭੇਜਿਆ, ਪਹਿਲੇ ਮੈਂ ਚਾਂਗਾੜੀ ਭੇਜੀ ਹੈ ਮੇਰੇ ਬੇਟੇ ਕੀ, ਉਸਕੇ ਬਾਅਦ ਹਮਨੇ ਇਹ ਬਾਲੀਆਂ ਭੇਜ ਕੇ ਤੋ ਬਿੱਲ ਅਦਾ ਕਰ ਦਿਆ। ਇਹ ਹਕੂਮਤ ਜੋ ਹੈ ਹਮਾਰੇ ਲਈ, ਇਹ ਮਰੀਮ ਨਮਾਜ਼ ਕੁਛ ਨਹੀਂ ਕਰ ਰਹੀ। ਅਗਰ ਇਹ ਖੁਦਕੁਸ਼ੀ ਕੀ ਹੈ, ਇੱਕ ਮਾਂ ਜੀ ਨੇ ਖੁਦਕੁਸ਼ੀ ਕੀਆ, ਉਸਕੀ ਵਜ੍ਹਾ ਕਿਆ ਬਣੀ, ਉਸਕੀ ਰੀਜ਼ਨ ਯਹੀ ਹੈ ਕਿ ਉਸਕੇ ਡਾਕਟਰ ਨੇ ਉਹਨੇ 60,000 ਰੁਪਏ ਬਤਾਇਆ ਆਪਕੇ ਇਲਾਜ ਕੇ ਲੀਏ, ਉਹਨਾਂ ਨੇ ਆਪਣੇ ਪਾਸ ਜੋ ਹੈ ਪੈਸੇ ਜੋੜੇ, ਇਸਕੇ ਬਾਵਜੂਦ ਪਹਿਲੇ ਮਹੀਨੇ ਪਿਛਲੇ ਮਹੀਨੇ ਉਹਨੇ 11,000 ਰੁਪਏ ਬਿੱਲ ਆਇਆ, ਉਹ ਜੋ ਹੈ ਪੈਸੇ ਉਹਨਾਂ ਨੇ ਬਿੱਲ ਮੈਂ ਜਮ੍ਹਾਂ ਕਰ ਦਈਏ। ਅਬ ਉਹ ਟੈਨਸ਼ਨ ਮੈਂ ਥੀ ਕਿ ਮੇਰਾ ਇਲਾਜ ਕਹਾਂ ਸੇ ਹੋਗਾ, ਮੇਰਾ ਕੋਈ ਬਹਿਣ ਭਾਈ ਨਹੀਂ, ਔਰ ਉਹ ਬੇਵਾ ਥੀ ਜਿਸਕੀ ਵਜ੍ਹਾ ਸੇ ਜੋ ਹੈ ਉਹਨੇ ਖੁਦਕੁਸ਼ੀ ਕਰਨੀ ਪੜੀ, ਔਰ ਉਹਨਾਂ ਨੇ ਜੋ ਹੈ ਆਪਣੀ ਯਹਾਂ ਪੇ ਜਾਨ ਦੀ ਹੈ। ਇਸਕੀ ਜ਼ਿੰਮੇਦਾਰ ਹਕੂਮਤ ਹੈ, ਔਰ ਇਹ ਆਲਾ ਅਹੁਦੇ ਦੌਰਾਨ ਅਫੀਸਰ ਹੈ ਜੋ ਏਸੀ ਵਾਲੀ ਗਾੜੀਓ ਮੇਂ ਘੁੰਮਤੇ ਹੈ, ਔਰ ਸਿਰਫ ਆਪਣੇ ਹੁਕਮਰਾਨੋ ਕੋ ਓਕੇ ਕੀ ਰਿਪੋਰਟ ਦੇਤੇ ਹੈ, ਮਗਰ ਬਾਹਰ ਕਾ ਹਾਲ ਕੁਛ ਔਰ ਹੈ। ਹਕੂਮਤ ਪਾਕਿਸਤਾਨ ਕੋ ਚਾਹੀਏ ਕਿ ਖੁਦ ਬਾਹਰ ਨਿਕਲੇ ਔਰ ਗਰੀਬ ਆਵਾਮ ਕਾ ਸੋਚੇ, ਮਹਿੰਗਾਈ ਕੋ ਕਮ ਕਰੇ, ਖਾਸ ਤੌਰ ਪਰ ਜੋ ਰੈਂਟ ਪੇ ਰਹਿ ਰਿਹਾ ਹੈ ਉਸਕਾ ਤਾਂ ਬਹੁਤ ਹੀ ਬੁਰਾ ਹਾਲ ਹੈ, ਉਹ ਰੈਂਟ ਪੇ ਨਹੀਂ ਕਰ ਰਿਹਾ, ਮਾਲਕ ਮਾਨ ਕਾ ਮਕਾਨ ਜੋ ਹੈ ਉਹ ਉਸੇ ਕਹਿ ਰਹੇ ਕਿ ਆਪ ਬਾਹਰ ਨਿਕਲੇ ਯਹਾਂ ਸੇ, ਖਾਲੀ ਕਰ ਦੇ, ਉਹ ਆਪਣੇ ਬੱਚੋਂ ਕੋ ਲੈ ਕੇ ਕਹਾਂ ਪੇ ਜਾਏ। ਹਕੂਮਤ ਕੇ ਕਿਆ ਆਪ ਆਲੀਸ਼ਾਨ ਮਕਾਨ ਮੇਂ ਬੈਠੇ ਹੋਏ ਹੈ, ਆਲੀਸ਼ਾਨ ਬੰਗਲੇ ਮੇਂ ਬੈਠੇ ਹੋਏ, ਯਹਾਂ ਪੇ ਜੋ ਹੈ ਆਪ ਬਾਹਰ ਨਿਕਲ ਕੇ ਗਰੀਬ ਆਵਾਮ ਕਾ ਦੇਖੇਗਾ ਗਰੀਬ ਆਵਾਮ ਕਿਆ ਕਰ ਰਹੀ ਹੈ, ਉਹਨੇ ਮਜ਼ਦੂਰੀ ਨਹੀਂ ਮਿਲ ਰਹੀ, ਉਹਨਾਂ ਬੱਚੇ ਭੁੱਖ ਸੇ ਬਿਲਕ ਰਹੇ ਹੈ, ਸਫੇਦ ਪੇਸ਼ ਜੋ ਇਨਸਾਨ ਹੈ ਉਹ ਖਾਸ ਤੌਰ
बहुत ही उसका बुरा हाल है, ना तो वो किसी से मांग सकता है, सिर्फ उसके जो अपने रब ताला की ज़ात इल्तजा करता है, अल्लाह ताला की ज़ात यह है कि जी इनको कोई अकल दे, अदरवाइज जो है ये हुकूमत पाकिस्तान जो है इसका कोई हाल नहीं है, गरीब अवाम का बुरा हाल है। कुछ लोग तो अपनी जान देकर बढ़ती हुई महंगाई और गुर्बत से छुटकारा पा रहे हैं, जबकि कुछ लोग हालात से इस कदर तंग आ गए हैं कि वो दूसरों की जान लेने से भी गुरेज नहीं कर रहे। गुजरांवाला में ही सगे भाई ने अपने भाई का कत्ल कर दिया और वजह थी बिजली का बिल। दोनों भाई अपनी बूढ़ी माँ के साथ रहते थे। बिजली का बिल ज्यादा आने पर दो सगे भाइयों में तल्ख कलामी हुई और हालात के मारे एक भाई ने हालात के मारे दूसरे भाई को कत्ल कर दिया। अब एक भाई कत्ल होकर मनो मट्टी तले जा सोया है और दूसरा भाई जेल की सलाखों के पीछे है, जबकि 30,000 रुपए का बिजली का बिल अब भी अदा नहीं किया जा सका। मामला पेश आया सी बेटा, कभी लड़ाई नहीं सी आई, कभी कुछ नहीं सी आया, अब बेल साढ़े वास्ते मौत हो गई। बेल आया 32,000 रुपया, उधरों बेल आ गया, उधरों किराया आ गया मकान का, वो दिता 18,000। वो आंदा मैनू ना बिल दे, इन्हें आख्या कि मैं इस वक्त नहीं बिल दे सकता, अगले हफ्ते मैं बिल दे देंगा, ते इस हफ्ते मेरे को कोई नहीं। वो जिन्हें मारे उन्हें आखा मैनू इस हफ्ते बिल दे, बिल जेड़ा ना लथ जाना मीटर, ते बिल दे। वो आंदा मेरे को कोई नहीं बिल। वो ये तो बहस होंदी 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 लड़ पे। मैं क्या वे ना लड़ो, वे ना हथ जोड़ती रही हूँ, वे ना लड़ो, बिल दिता ही जाना, ना लड़ो। वो अपना लड़ पे ने उन्हें मरने वाले ने उन्हों इतों पा लिया, छोटे जिन्हें मारे उन्हों इतों पा लिया, पा लिया। तो मैं बाहर कड़ आंदा मैं नहीं इन्हू रखना, ये बिल देगा तो रखना। अच्छा इस गल ने तो उहदा समान फड़ के बाहर सुटिया। वो समान जिहड़ा उहदे विच उह कम करदा सी उहदा रगड़ाई दा मशीन, 1,000 सन उहदे विच 1,000 सन। उह किते सानूं नहीं पता, इन्नी कु छुरी सी तेज़ बड़ी सी। उह पता नहीं उहनें किस तरीके नाल उहनें फड़ लई, ਸਾਨੂੰ ਨਹੀਂ ਪਤਾ, ਅਸੀਂ ਇੱਥੇ ਡਾਂਦੇ ਹੀ ਰਹੇ। ਜਿਸ ਵਕਤ ਉਹ ਛੁਰੀ ਬਾਹਰ ਉਹਨੇ ਮਾਰ ਦਿੱਤੀ, ਬਾਹਰ ਨਿਕਲ ਗਏ ਨੇ ਦੋਵੇਂ, ਬਾਹਰ ਕੱਢ ਦਿੱਤਾ, ਨਾ ਲੜਿਓ ਵੇ, ਨਾ ਲੜਿਓ ਵੇ, ਨਾ ਲੜਿਓ। ਉਹ ਬਾਹਰ ਕੱਢ ਦਿੱਤਾ, ਉਹ ਪਤਾ ਨਹੀਂ ਕਿਸ ਤਰੀਕੇ ਨਾਲ ਉਹਨੇ ਛੁਰੀ ਅੱਜ ਮਾਰ ਦਿੱਤਾ। ਅਚਾਨਕ ਉਹਨੇ ਵੀ ਨਹੀਂ ਮਾਰੀ, ਅਚਾਨਕ ਨਹੀਂ ਮਾਰੀ ਕਿ ਮਤਲਬ ਕੋਈ ਮਨਸੂਬਾ ਕੋਈ ਤਰੀਕਾ ਨਾ ਮਿਆਰੀ, ਬਸ ਅਚਾਨਕ ਵੱਜ ਗਏ, ਸਮਝ ਹੀ ਨਹੀਂ ਲੱਗੀ। ਉਹਨੂੰ ਜੇਲੇ ਕਰਾਰ ਦਿੱਤਾ, ਇੱਕ ਉਂਝ ਮਰ ਗਿਆ, ਵੇਖ ਲਓ ਘਰ ਸੁੰਜਮ ਸੁੰਜਾ, ਕੋਈ ਘਰ ਦੇ ਵਿੱਚ ਨਹੀਂ। ਮੈਂ ਤਾਂ ਮਰ ਗਈ ਹਾਂ, ਕੀ ਕਰਾਂ, ਮੈਂ ਤਾਂ ਮਰ ਗਈ। ਇੱਕ ਜੇਲੇ ਟੁਰ ਗਿਆ, ਇੱਕ ਉਂਝ ਮਰ ਗਿਆ, ਘਰ ਵੇਖੋ ਖਾਲਮ ਖਾਲੀ, ਘਰ ਖਾਲਮ ਖਾਲੀ ਹੋ ਗਿਆ। ਸਾਡਾ ਪੈਗਾਮ ਹੈ
ਕਿ ਸਾਡਾ ਇੱਕ ਤਾਂ ਮਰ ਗਿਆ, ਇੱਕ ਜੇਲੇ ਡਰ ਗਿਆ, ਦੋ ਹੀ ਪੁੱਤਰ ਸਨ ਮੇਰੇ, ਅਤੇ ਉਹਨੂੰ ਰਿਹਾ ਕੀਤਾ ਜਾ, ਅਸੀਂ ਤਾਂ ਇਹੀ ਅੱਗੋਂ ਜੋ ਅੱਲਾ ਨੂੰ ਮਨਜ਼ੂਰ, ਉਹ ਸੋਹਣੇ ਮਾਲਕ ਨੂੰ ਜੋ ਮਨ। ਵੇਖੋ ਮੈਂ ਬੁੱਢੀ ਮਾਂ ਬਿਮਾਰ, ਮੇਰੇ ਕੋਲ ਗੱਲ ਵੀ ਨਹੀਂ ਹੁੰਦੀ, ਮੇਰੇ ਕੋਲ ਅੱਗੇ ਉਹਨੇ ਯਾਦ ਆਉਂਦੇ, ਇੱਕ ਹੰਦ ਡੋਰ ਗਿਆ, ਇੱਕ ਹੰਦ ਜੇਲੇ ਡੋਰ ਗਿਆ, ਘਰ ਖਾਲੀ ਹੋ ਗਿਆ, ਕੱਲਾ ਮਕੱਲੀ ਇੱਥੇ ਪਈ ਹੋਣੀ ਆਵੇ, ਕੀ ਕਰਾਂ। ਬੜਾ ਮੇਰਾ ਪਿਆਰਾ ਪੁੱਤਰ ਸੀ, ਸਾਰਿਆਂ ਤੋਂ ਛੋਟਾ, ਸਾਰਿਆਂ ਤੋਂ ਛੋਟਾ ਸੀ। ਮੈਂ ਕੀ ਕਰਾਂਗੀ, ਕਿਸ ਤਰ੍ਹਾਂ ਗੁਜ਼ਾਰਾ ਕਰਾਂਗੀ। ਵਜ਼ੀਰ ਆਜ਼ਮ ਅਸੀਂ ਇਹੀ ਪੈਗਾਮ ਹੈ ਹੁਣ ਕਿ ਸਾਡੇ 'ਤੇ ਰਹਿਮ ਕਰ ਦੇਵੇ, ਮੇਰਾ ਦੂਜਾ ਪੁੱਤਰ ਵੀ ਆ ਜਾਵੇ ਅਤੇ ਜ਼ਰਾ ਸਾਨੂੰ ਬਿੱਲ ਮਾਫ਼ ਕਰ ਦੇ। ਇੰਨਾ 32,000 ਵੇਖੋ ਇਹ ਲੱਗਾ ਜੇ, ਕੋਈ AC ਨਹੀਂ, ਕਿਰਾਏ ਦਾ ਮਕਾਨ ਹੈ, ਕੋਈ AC ਨਹੀਂ, ਕੋਈ ਕੁਛ ਨਹੀਂ, ਉਹ 32,000 ਰੁਪਈਆ ਸਾਡੇ ਵਾਸਤੇ ਮੌਤ ਆ ਗਈ ਮੇਰੇ ਬੱਚਿਆਂ ਵਾਸਤੇ।